ਅਸਲਾਮ ਵਾਲੇਕਮ ਜੀ, ਸੁਣਾਓ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਉਮੀਦ ਕਰਨੇ ਆ ਕਿ ਸਭ ਠੀਕ ਠਾਕ ਹੋਣਦੇ। ਮੈਂ ਅੱਜ ਤੁਹਾਡਾ ਭਰਾ ਸੰਸਾਮ ਪੰਜਾਬੀ ਅੱਜ ਫਿਰ ਤੁਹਾਡੀ ਖਿਦਮਤ 'ਚ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਅਤੇ ਵਲੋਗ ਸਟਾਰਟ ਹੈ। ਪੂਰੀ ਵੀਡੀਓ ਵੇਖੋ। ਅੱਜ ਅਸੀਂ ਕ੍ਰਿਕਟ ਖੇਡਣ ਚੱਲੇ ਹਾਂ ਜੀ। ਇੱਧਰ ਭਾਗੋਵਾਲ ਮੈਚ ਹੈ ਸਾਡਾ, ਠੀਕ ਹੈ, ਹਰਨਾ ਦੀ ਟੀਮ ਦੇ ਨਾਲ। ਪਿਛਲੀ ਤਵਾਰ ਜਿਹੜਾ ਮੈਚ ਹੋਇਆ ਸੀ ਯਾਰਾਂ ਦੀ ਟੀਮ ਨਾਲ, ਹੋਇਆ ਸੀ ਹਰਨਾ ਦੀ ਨਾਲ, ਠੀਕ ਹੈ। ਤਾਂ ਪੂਰਾ ਵਲੋਗ ਵੇਖਣਾ। ਹਾਂ, ਬਟ ਟੀਮ ਆਈ ਹੈ ਕੋਈ ਉੱਥੇ? ਨਹੀਂ, ਪਲੇਅਰ ਸਾਡੇ ਮੁਰਸ਼ਦ ਦੁਕਾਨ ਜੀ, ਕੁੱਤੀ ਸੂਈ ਹੈ ਉਹਦੇ, ਵੇਖਦੇ ਹਾਂ ਉਹਨੇ ਕਿੰਨੇ ਕੁ ਜਿਹੜਾ ਨਾ ਬੱਚੇ ਦਿੱਤੇ ਨੇ, ਠੀਕ ਹੈ। ਕੋਈ 4-5 ਬੱਚੇ ਦਿੱਤੇ ਨੇ ਤੁਹਾਨੂੰ ਖਾਣੇ। ਆਇਓ ਆਇਓ ਆਇਓ। ਆਹ ਵੇਖੋ ਜਨਾਬ, ਵੇਖੋ ਕਿੰਨੇ ਬੱਚੇ ਨੇ ਇਹਦੇ ਕੁੱਤੀ ਦੇ। 4-5 ਬੱਚੇ, 4-5 ਬੱਚੇ ਵੇਖੋ, ਕੈਸੇ ਬੱਚੇ ਨੇ। ਜੇ ਕਿਸੇ ਨੂੰ ਚਾਹੀਦਾ ਹੈ ਆ ਕੇ ਇੱਥੋਂ ਲੈ ਜਾਓ। ਵੇਖੋ ਦੱਸੋ ਹਜ ਠੰਡ ਦੇ ਬਾਰੇ ਉਮਰ ਸਾਹਿਬ ਕੀ ਹਿਸਾਬ ਹੈ? ਸਰਦੀ ਦੇ ਵਿੱਚ ਮੈਚ ਖੇਡਣ ਦਾ ਦਿਲ ਕਰਦਾ ਪੇ? ਸਰਦੀ ਦੇ ਮੈਚ ਖੇਡਣ ਦਾ ਦਿਲ ਕਰਦਾ ਪੇ? ਨਹੀਂ। ਆਪਣੇ ਕਪਤਾਨਾਂ ਨਾਲ ਮੁਲਾਕਾਤ ਕਰਾਈਏ, ਠੀਕ ਹੈ। ਵਲੋਗ ਸਾਡਾ ਜਿਹੜਾ ਨਾ ਬਹੁਤ ਅੱਜ ਲੰਮੀ ਵੀਡੀਓ ਬਣੇ ਜੀ, ਅਤੇ ਹੋ ਸਕਦਾ ਬਹੁਤੀ ਲੰਮੀ ਬਣ ਗਈ, ਤੁਹਾਨੂੰ ਪਾਰਟਾਂ ਵਿੱਚ ਵਿਖਾਈਏ, ਠੀਕ ਹੈ। ਪਾਰਟ 1 ਪਾਰਟ 2 ਜਿੰਝ ਅੱਗੇ ਵਿਖਾਈ। ਇਹ ਵੇਖੋ ਜੀ ਸਾਡੇ ਖਿਲਾੜੀ ਜਿਹੜਾ ਨਾ, 1-2 ਖਿਲਾੜੀ ਲਓ ਜੀ। ਕਪਤਾਨ ਦੀ ਦੁਕਾਨ ਦੇ ਕੋਲ ਅਸੀਂ ਆ ਗਏ ਜੀ। ਦੁਕਾਨ ਦੇ ਵਿੱਚ ਦਾਖਲ ਹੋਣ ਲੱਗਿਆ, ਵੜਨ ਲੱਗਿਆ। ਲਓ ਜੀ ਅਸੀਂ ਆ ਗਏ ਜੀ ਕਪਤਾਨ ਦੀ ਦੁਕਾਨ ਦੇ ਵਿੱਚ। ਸਾਡੀ ਟੀਮ ਦੇ 6 ਕਪਤਾਨ ਨੇ, ਮਤਲਬ ਸ਼ਾਨ ਸਾਹਿਬ ਜਿਹੜਾ ਨਾ, ਸਾਡੇ ਰਿਟਾਇਰ ਹੋ ਗਏ ਨੇ ਪਲੇਅਰ, ਰਿਟਾਇਰ ਹੋ ਗਏ। ਇਹ ਨਵੇਂ ਪਲੇਅਰ ਸਾਡੇ ਅਲੀ ਸਾਹਿਬ, ਕੈਪਟਨ, ਇਹ ਵੀ ਵਾਈਸ ਕੈਪਟਨ ਨੇ। ਵਾਈਸ ਕੈਪਟਨ ਕਿੱਥੇ ਗਏ? ਆ ਵੱਡਾ ਕਪਤਾਨ ਸਾਡਾ, ਲੋ ਜੀ ਕਪਤਾਨ ਸਾਹਿਬ ਆ ਗਏ ਨੇ। ਉਹਨਾਂ ਨੂੰ ਪੁੱਛਣੇ, ਸਾਨੂੰ ਫੋਨ ਕਰਕੇ ਬੁਲਾ ਲਿਆ, ਖਿਲਾੜੀ ਜਿੱਦਾਂ ਇਕੱਠੇ ਨੀ ਕੀਤੇ। ਕਿੱਥੇ ਗਏ ਨੇ ਪਲੇਅਰ ਸਾਡੇ? ਹੈ ਕਪਤਾਨ ਸਾਹਿਬ, ਕੋਈ ਪਤਾ ਨੀ ਜੀ, ਸਾਨੂੰ ਤਾਂ ਫੋਨ ਕਰਕੇ ਬੁਲਾਉਂਦੇ ਨੇ, ਭਾਈ ਆਜੋ ਆਜੋ ਜੀ, ਇੱਥੇ 11 ਵਜੇ ਚੱਲੇ ਨੇ। ਵੇਖੋ ਜੀ ਕਸਟਮਰ ਆ ਗਏ ਲੈਣ, ਵਿੱਚ ਹੀ ਸਾਡੇ ਖਿਲਾੜੀ ਵੀ ਨੇ। ਦਵਾਈ ਲੈਣੀ ਆ, ਦਵਾਈ ਤਾਂ ਸਾਨੂੰ ਦਿਓ। ਵੇਖੋ ਜੀ ਰਿਓੜੀਆਂ, ਮਲਕ ਸ਼ਾਨ ਸਾਹਿਬ, ਠੰਡ ਬਹੁਤ ਜ਼ਿਆਦਾ ਹੈ ਅਤੇ ਰਿਓੜੀਆਂ ਤੁਹਾਨੂੰ ਪਤਾ ਖਾਣੀਆਂ ਚਾਹੀਦੀਆਂ, ਫਿਰ ਠੰਡ ਘੱਟ ਲੱਗੇ। ਬਿਹਤਰੀਨ ਮੇਵਾ, ਠੰਡ ਦਾ ਬਿਹਤਰੀਨ ਮੇਵਾ ਜੀ। ਵੇਖੋ ਜਿਹੜੀ ਮਰਜ਼ੀ ਸ਼ਾਇਦ ਇੱਥੋਂ ਆ ਕੇ ਖਾਓ ਤੇ ਪੈਸੇ ਦਿਓ ਤੇ ਲੈ ਕੇ ਜਾਓ। ਇਹ ਵੇਖੋ ਜੀ, ਜੇ ਕੇਲੇ ਖਾਣੇ ਨੇ ਕੇਲੇ ਖਾ ਲਓ, ਜੇ ਮਾਲਟਾ ਖਾਣਾ ਮਾਲਟੇ ਖਾਓ, ਮਸੰਮੀ। ਇਹ ਵੇਖੋ ਜੀ ਮੋਟੇ ਕੇਲੇ, ਲੇਸ, ਬੋਤਲਾਂ, ਹਰ ਸ਼ਾਇ ਰਸ, ਜੇ ਖਾਣੇ ਨੇ ਤਾਂ ਚਾਹ ਨਾਲ ਰਸ ਲਾ ਲਓ, ਠੰਡ ਤੁਹਾਨੂੰ ਪਤਾ ਪਹੁੰਚ ਗਿਆ। ਵੇਖੋ ਆ ਗਿਆ ਜੇ ਮੁੰਡਾ, ਸਿਰ ਫੜੀ ਫਰਾੜੀ ਲੈ ਕੇ, ਵੇਖੋ ਜੀ ਫਰਾੜੀ ਫੜੀ ਹੈ ਸਿਰ ਫੇਰੀ। ਇਹ ਜੀ ਆਲੂ ਪਕੌੜਿਆਂ ਵਾਲੇ, ਸਰਦੀ ਦੇ ਵਿੱਚ ਜਿਹੜੇ ਆਲੂਆਂ ਨਾਲ ਪਕੌੜੇ ਨਹੀਂ ਖਾਧੇ ਜਾਂਦੇ ਆ, ਉਹ ਆਲੂ, ਇਹ ਸ਼ਕਰਕੰਦੀ ਜੇ, ਗੋਭੀ, ਇਹ ਮਟਰ, ਹਰ ਸ਼ਾਇ ਹੈ ਜੀ। ਅਹਿਮਦ ਦੀ ਦੁਕਾਨ ਦੇ ਕਪਤਾਨ ਅਹਿਮਦ, ਵੇਖੋ ਜੀ ਅਹਿਮਦ ਦੀ ਦੁਕਾਨ ਦੇ ਉੱਤੇ ਪੇਸਟੀਆਂ, ਕੇਕ, ਬੇਕਰੀ ਦੀਆਂ ਛਾਵਾਂ ਵੀ ਹੈ ਜੀ। ਜੇ ਖਾਣੀਆਂ ਤੇ ਆਓ ਤੇ ਖਾਇਓ ਤੇ ਪੈਸੇ ਦੇਈਓ। ਲਓ ਜੀ ਅਸੀਂ ਸਾਡਾ ਇੱਕ ਹੋਰ ਕਪਤਾਨ ਜਿਹੜਾ ਅਸੀਂ ਉਹਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ, ਲੱਭਦੇ ਹਾਂ, ਠੀਕ ਹੈ। ਤਾਂ ਵੀਡੀਓ ਪੂਰੀ ਵੇਖੋ, ਕਿਉਂਕਿ ਤੁਹਾਨੂੰ ਦੱਸਿਆ ਨਾ ਸਾਡੀ ਟੀਮ ਦੇ 6 ਕਪਤਾਨ ਨੇ ਇਸ ਵਾਸਤੇ। ਇਹ ਜਲੀ ਸਾਹਿਬ ਸਾਡੇ ਬਾਲਰ ਮੇਨ ਹੈਡ, ਅਗਰ ਇਹ ਟੀਮ ਦੇ ਵਿੱਚ ਨਾ ਹੁਣ ਬਾਲਿੰਗ ਮੁਸ਼ਕਲ ਹੋ ਜਾਂਦੀ। ਇਹ ਮਕਸੂਦ ਸਾਹਿਬ ਦਾ ਬੂਹਾ ਖੜਕਾਨੇ ਆ ਵੇ,
لو جی ہڈے کپتان صاحب آ گئے جی مقصود صاحب اوئے کوئی کپتان نہیں تے ہاں کون ہے کپتان کپتان اوتھر تے کنے ہڈے ٹیم دے کنے کپتان بن گئے نے مقصود صاحب آ گئے نے ٹھیک ہے تے تہاڈی انہاں نال ملاقات کرا ہڑی ہے تے تہانوں دس دے دس دے نے وی کی حساب ہے میچ دا میچ دا کپتان ہے نہیں ہن او کہندے نہیں کپتان ہے کتے کتے پہنچی مقصود صاحب تو تہانوں نال کھڑنا ہی کلیا جا سکنے کلیا نہیں جا سکدے تہانوں نال کھڑنا سورج دا پتہ کتے نہیں نام نشانی ہوڑ کپتان چھ کپتان نے ہڈی ٹیم اگے بھی دسیا تی بھی ہڈا کپتان جی ہوئے جن ڈرگ سوٹ نہیں پایا وڈے وڈے بوٹا والا یہ بھی ہڈا کپتان جی کی کہندے نے پلیئر شانی تے نہیں آیا سابا دھیان شانی نہیں آیا کی کہندے میں کپتان ہے بیل تے مون دے دا اوتھے ہی موسیقی کا بدارا نا نا لو جی اتھے اوتے توتا بہ گیا تے توتا پھڑن لینا بندہ آ گیا جڑا توتا ہے تے او وہ اوتے توتا بیٹھا ہے جی اپنا لان لگا دیکھو توتا ویکھا نا جی توتا ویکھو جی اجرا ہلدا پیا توتا فڑن تے جوان نوں تے چڑھ گیا ویکھو ہن فڑیا جاندا کہ نہیں توتا دئیے او بدارو لے گیا تے اڈ گیا کافی اتنے جی توتا بیٹھا تو جوان کے اتنے چڑھتا ہے ہوں ویکو تھڑیا جا کہ نہیں لو جی توتا چکنا ہو گیا ہوں ویکو کی بنتا ہے ویکھو جی وام توتا ویکھن والی جنہاں نال کٹھی ہو گئی ہے ویکھو ہوں توتا پھڑیا جاندا کہ نہیں توتا پھڑیا جاندا کہ نہیں او نس گیا جی توتا توتا نس گیا جی چکما دے کے مالک اپنے نوں کنی اونچائی تے چڑھیا جی بندہ توتا پھر نہیں قابو آیا ہاں ٹیم ہو گئی کٹھی لو جی ٹیم تے ہاڈی کٹھی ہون لگ پئی ہے کوئی چار پانچ کو پلیئر ہی کٹھے ہوئے نے کوئی بہتے نہیں ہوئے کمال صاحب نکا برا جی دو بالنگ کرتے ہیں بہت اچھی سہی جا فسٹ بال دی سپیڈ سہی بیٹ نو جی دو گریپا چار ہری جی اصل تو آپ ہی کام شام منڈے کرتے ہیں ٹیم کے بیٹان کا آپ ہی بیٹ تیار کر آپ ہی کتنا بھر صاحب ویکو جی اتنے بھی کرکٹ شروع جی ویکو جی لو جی کچھ پلیئر ادھر کٹھے ہوئے ہیں تو ہوں میچ کی جان جون کی جانا تیاری کوئی ہو گئی ہے تو ہوں بس یہ چلے جی میچ کھیڈن ویکو جی ہاڈا کپتان نواں ہیلمٹ لے آیا جی ٹیم جہاں نا ہڈی ساری کٹھی ہو گئی ہے ہوں ابھی اب چلے ہاں گراؤنڈ جی گراؤنڈ والے میں جی ہڈا بڑی دور بھاگ والے کو ہڈلی پنڈ ویکھو جی ہڈے ایک کپتان نے پیچھے بیگ پا لیا جن طرح تمہیں اگے دسیا نا میں ہاری ٹیم کے چھ کپتان نے ایو تر کٹے جانے
ਵੇਖੋ ਜੇ ਕੈਪ ਲੈ ਜਾ ਜਿਹਨੂੰ ਕਿਹਾ ਗੇਮ ਦਾ ਤੁਸੀਂ ਲੈ ਆਓ ਆਪਣੀ ਗੱਡੀ ਕਿਹੜੇ ਕੰਮ ਨੇ ਤੈਨੂੰ ਤੂੰ ਕੀ ਪਰੌਂਠੇ ਪਕਾਣੇ ਵੇਖੋ ਜੀ ਹੁਣ ਸਾਡੀਆਂ ਟੀਮਾਂ ਦੀਆਂ ਦੌੜਾਂ ਇਹ ਵੀ ਸਾਡਾ ਨਵਾਂ ਪਲੇਅਰ ਆਇਆ ਅੱਜ ਮਲਕ ਹਮਜ਼ਾ ਫਰੋਮ ਬਾਜਰਾ ਗਰੀ ਵੇਖੋ ਜੀ ਹਲਮਟ ਸਾਡੇ ਪਲੇਅਰਾਂ ਨੇ ਅੱਜ ਹਾਲੀ ਪਾ ਰਹੇ ਨੇ ਹੱਥੀ ਜਨਾਬ ਭਾਜੀ ਹੁਣ ਗੱਡੀ ਗੁੱਡੀ ਲੱਭਣ ਡੇ ਆ ਗੱਡੀਆਂ ਜਿੰਨਾ ਦੀਆਂ ਹੈ ਤੂੰ ਕਿੰਨਾ ਬੰਦਿਆਂ ਦੀਆਂ ਲੈ ਕੇ ਨੱਸਦੇ ਨੇ ਇੱਕ ਬੰਦਾ ਸਾਡੇ ਨਜ਼ਰ ਆਉਣਾ ਅੱਜ ਮੈਂ ਅੱਜ ਵੀ ਉਹਨੇ ਖੇਡਣ ਜਾਣਾ ਤਾਂ ਵਾਸਤੇ ਉਹ ਗੱਡੀ ਨਹੀਂ ਆਈ ਨਹੀਂ ਤੇ ਗੱਡੀਆਂ ਬੜੀਆਂ ਨੇ ਉਹਦੇ ਯਾਰ ਜਿਹੜੇ ਸਾਡੇ ਚੈਨਲ ਦੇ ਨਵੇਂ ਆਏ ਨੇ ਨਾ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਹੱਥ ਲਾ ਰੋ ਤਾਂ ਕਿ ਤੁਹਾਡੇ ਅੱਗੇ ਨਵੀਂ ਤੋਂ ਨਵੀਂ ਵੀਡੀਓ ਆਏ ਤੇ ਇਸੇ ਤਰ੍ਹਾਂ ਹੀ ਤੁਹਾਡੇ ਤੱਕ ਵੀਡੀਓ ਆਉਂਦੀਆਂ ਰਹਿੰਦੀਆਂ ਠੀਕ ਹੈ ਅੱਗੋਂ ਖੁਦਾ ਹਾਫਿਜ਼।